ਜ਼ਿਆਦਾ ਅੱਜ ਜਿਹੜਾ ਅਸੀਂ ਸ਼ੌਂਕ ਨੂੰ ਇਕੱਠੇ ਨਹੀਂ ਹੋਏ, ਸਾਡੀਆਂ ਅੰਦਰ ਦੀਆਂ ਭਾਵਨਾਵਾਂ ਜਿਹੜੀਆਂ ਇੰਨੀਆਂ ਆਹਤ ਹੋ ਚੁੱਕੀਆਂ, ਇੰਨਾ ਹਿਰਦੇ ਜਿਹੜਾ ਬਲੁੰਦਰਿਆ ਗਿਆ। ਵੇਖੋ ਇਹ ਧੋਖਾ ਦਿੱਤਾ ਜਾ ਰਿਹਾ ਪਿੰਡਾਂ ਕਸਬਿਆਂ ਦੇ ਵਿੱਚ ਕਿ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ ਚਾਹੀਦਾ, ਮੂਲ ਧਰਮ ਨਾਲ ਜੋੜਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ। ਪਰ ਸਾਡਾ ਸਮਾਜ, ਸਾਡਾ ਭਾਈਚਾਰਾ ਅੱਜ ਗੁਰਦੁਆਰਾ ਸਾਹਿਬ ਬਣਾਉਣ ਲਈ ਨਿਸ਼ਾਨ ਸਾਹਿਬ ਜਿਹੜੇ ਉਹਨਾਂ ਚਲਾਏ ਸੀਗੇ, ਦੇਖੋ ਇੱਡੀ ਬੇਕਦਰੀ ਮੈਂ ਸਮਝਦਾ ਹਾਂ। ਕੋਈ ਵੀ ਜਿਹੜਾ ਗੁਰੂ ਸਾਹਿਬ ਸਿੱਖ ਆ ਉਹ ਨਹੀਂ ਕਰ ਸਕਦਾ, ਪਰ ਇਹ ਜਿਹੜੇ ਲੋਕ ਨੇ ਇਹ ਜਾਲੀ ਜਿਹੜੇ ਆ ਸਿੱਖ ਹੈ, ਇਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਆ ਉਹ ਨਿੰਦਣੀ ਘਟਨਾ ਕੀਤੀ ਆ, ਇੰਨੀ ਜਿਹੜੀ ਬੇਕਦਰੀ ਕੀਤੀ ਆ ਸ਼੍ਰੀ ਨਿਸ਼ਾਨ ਸਾਹਿਬ ਦੀ, ਕਿਉਂਕਿ ਜਿਹਦੇ ਨਾਲ ਵੇਖੋ ਪੂਰੇ ਦੇਸ਼ ਦੇ ਵਿੱਚ ਵੱਸਦੇ ਸਿੱਖ ਸਮਾਜ ਦਾ ਸਿਰ ਜਿਹੜਾ ਆ ਉਹ ਨੀਵਾਂ ਹੁੰਦਾ ਆ। ਕਿਉਂਕਿ ਜਿਹੜੀ ਗੱਲ ਕਰਦੇ ਆ ਕਿ ਇਹ ਜ਼ਮੀਨ ਦਾ ਕੇਸ ਚੱਲਦਾ, ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਕੇਸ ਕਾਰਪੋਰੇਸ਼ਨ ਨੇ ਜਿੱਤਿਆ, ਕਾਰਪੋਰੇਸ਼ਨ ਦੇ ਇੱਥੇ ਉੱਤੇ ਬੋਰਡ ਲੱਗੇ ਪਏ ਆ, ਕਾਰਪੋਰੇਸ਼ਨ ਦੀ ਇਹ ਜਗ੍ਹਾ ਆ, ਉਹਨਾਂ ਨੇ ਜਿੱਤਿਆ ਪਿਆ। ਕਾਰਪੋਰੇਸ਼ਨ ਦੀ ਜਗ੍ਹਾ ਦੇ ਵਿੱਚ ਇਹ ਜਿਹੜਾ ਨਿਸ਼ਾਨ ਸਾਹਿਬ ਲੱਗਾ ਹੋਇਆ ਸੀਗਾ, ਇਹ ਪਹਿਲਾਂ ਤੋਂ ਹੀ ਜਿਹੜੀ ਆ ਇਹ ਜਿਹੜੀ ਅਲਾਟ ਹੈਗੀ ਆ ਇੰਦਰਾ ਕਰਨੌਲੀ, ਉਹਦੇ ਵਿੱਚ ਪਹਿਲਾਂ ਤੋਂ ਹੀ ਮਤਾ ਪਿਆ ਗਿਆ ਸੀ ਵੀ ਆਪਣਾ ਜਿਹੜਾ ਸਕੂਲ ਅਤੇ ਧਾਰਮਿਕ ਸਥਲ ਜਿਹੜਾ ਇੱਥੇ ਬਣਾਇਆ ਜਾਏਗਾ। ਸਾਡੇ ਲੋਕਾਂ ਨੇ ਜੇ ਧਾਰਮਿਕ ਸਥਲ ਬਣਾਉਣਾ ਚਾਹਿਆ ਤਾਂ ਇਹਨਾਂ ਜਿਹੜਾ ਆ ਉਹਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਨਿੰਦਣੀ ਕਰਨ ਲੱਗੇ। ਅੱਜ ਜਥੇਬੰਦੀਆਂ ਇਕੱਠੀਆਂ ਹੋਈਆਂ, ਕੀ ਫੈਸਲਾ ਅੱਜ? ਦੇਖੋ ਸਭ ਤੋਂ ਪਹਿਲਾਂ ਤਾਂ ਸਾਰੀਆਂ ਜਥੇਬੰਦੀਆਂ ਪਹੁੰਚ ਰਹੀਆਂ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਅਤੇ ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਪਹੁੰਚ ਰਹੀਆਂ। ਜਿਸ ਤਰ੍ਹਾਂ ਹੀ ਥੋੜ੍ਹੀ ਦੇਰ ਤੱਕ ਸਾਰੀਆਂ ਜਥੇਬੰਦੀਆਂ ਮੰਥਨ ਕਰਕੇ ਵੱਡਾ ਜਿਹੜਾ ਡਿਸੀਜਨ ਜ਼ਰੂਰ ਲੈਣਗੀਆਂ, ਕਿਉਂਕਿ ਇੱਦਾਂ ਜਿਹੜਾ ਆ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਵੇਖੋ ਜੀ, ਪਰਚਾ ਪ੍ਰਸ਼ਾਸਨ ਦਾ ਧੰਨਵਾਦ ਆ ਪਰਚਾ, ਪਰ ਮੈਂ ਸਮਝਦਾ ਕਿ ਪਰਚਾ ਉਹ ਇੰਨਾ ਸਟਰੋਂਗ ਨਹੀਂ ਕੀਤਾ ਗਿਆ, ਉਹਨਾਂ 'ਤੇ ਪਰਚਾ ਕਰ ਦੇਣਾ ਚਾਹੀਦਾ ਹੁਣੇ ਤੱਕ। ਅਜੇ ਤੱਕ ਵੇਖੋ ਉਹਨਾਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਤੋਂ ਬਾਅਦ ਨਿਸ਼ਾਨ ਸਾਹਿਬ ਨੂੰ ਉਹ ਲੈ ਗਏ ਨੇ, ਪਤਾ ਨਹੀਂ ਸਾਨੂੰ ਕਿੱਥੇ ਆ ਉਹ, ਕਿੱਥੇ ਲੈ ਕੇ ਗਏ ਨੇ। ਅਜੇ ਤੱਕ ਪ੍ਰਸ਼ਾਸਨ ਵੱਲੋਂ ਉਹ ਨਿਸ਼ਾਨ ਸਾਹਿਬ ਜਿਹੜਾ ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਪੁਲਿਸ ਦੀ ਕਾਰਵਾਈ, ਮੈਂ ਸਮਝਦਾ ਕੋਈ ਏਡੀ ਖਾਸ ਕਾਰਵਾਈ ਨਹੀਂ ਕੀਤੀ ਹੈਗੀ। ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਹਦੇ 'ਤੇ ਥੋੜ੍ਹਾ ਸੰਜੀਦਗੀ ਦਿਖਾਉਣ, ਕਿਉਂਕਿ ਇਹ ਮਸਲਾ ਜਿਹੜਾ ਆ ਸਾਡੀਆਂ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੋਇਆ, ਸਾਡੀ ਸ਼ਰਧਾ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਇਸ ਮਸਲੇ ਨੂੰ ਜਿਹੜਾ ਆ ਬੜੀ ਸੰਜੀਦਗੀ ਨਾਲ ਵੇਖਿਆ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਬੰਦਪਕ ਘਟਨਾ ਜਦੋਂ ਸਾਡੀ ਨੌਲੇਜ ਦੇ ਵਿੱਚ ਆਇਆ ਅਤੇ ਅਸੀਂ ਸਾਡੇ ਭੈਣ ਭਰਾਵਾਂ ਤੱਕ ਪਹੁੰਚ ਕੀਤੀ, ਵੀਡੀਓ ਜਿਹੜੀ ਹੈ ਉਹ ਜਨਤਾ ਤੱਕ ਪਹੁੰਚਾਈ। ਹੁਣ ਰੌਲਾ ਵੀਰੇ ਜ਼ਮੀਨ ਦਾ ਨਹੀਂ, ਮਸਲਾ ਜ਼ਮੀਨ ਦਾ। ਆਏ ਦਿਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਵਾ ਕੁਝ ਕੁ ਘੁਲਾਮ ਚੌਧਰੀ ਕੁਝ ਝੰਡਿਆਂ ਦੇ ਵਿੱਚ ਡੰਡੇ ਪਸਾ ਕੇ ਗੁੰਡਾਗਰਦੀ ਨਜ਼ਰ ਆ ਰਹੇ ਨੇ, ਅਤੇ ਉਹ ਮੈਂ ਸਮਝਦਾ ਵਾਂ ਕਿ ਆਮ ਲੋਕ ਜਿਹੜਾ ਗੁੰਡਾਗਰਦੀ ਤੋਂ, ਕਿੱਥੇ ਪ੍ਰਸ਼ਾਸਨ ਜਿੱਥੇ ਸਰਕਾਰਾਂ ਇਹਨਾਂ ਤੋਂ ਪਰੇਸ਼ਾਨ, ਉੱਥੇ ਆਮ ਵਰਗ ਵੀ ਜਿਹੜਾ ਇਹਨਾਂ ਤੋਂ ਪਰੇਸ਼ਾਨ ਹੋ ਰਿਹਾ। ਸੋ ਕਿਸੇ ਜਥੇਬੰਦੀ ਨੂੰ ਪ੍ਰਮੋਟ ਕਰਨਾ ਜਾਂ ਜਥੇਬੰਦੀ ਦਾ ਕੰਮ ਕਰਨਾ ਸਲਾਹੇਵੰਦਾ, ਲੇਕਿਨ ਆਮ ਜਨਤਾ ਨੂੰ ਤੰਗ ਨਾ ਕੀਤਾ ਜਾਵੇ। ਅੱਜ ਪੰਜਾਬ ਦੇ ਵਿੱਚ ਇੱਕ ਸਿਉਂਕ ਜਿਹੜੀ ਆ ਫੈਲਦੀ ਜਾ ਰਹੀ, ਅਸੀਂ ਜਿੱਥੇ ਸਾਡੇ ਧਾਰਮਿਕ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਕੰਮ 'ਤੇ ਚਿੰਤਤ ਆ ਕਿ ਪੰਜਾਬ ਗੁਰੂਆਂ ਵਾਲੇ ਜਿਹੜੀ ਸੀ ਸਿੱਖ ਸੀ ਉਹ ਕਿੱਧਰ ਨੂੰ ਤੁਰੇ ਜਾ ਰਹੇ ਆ, ਲੇਕਿਨ ਜੇਕਰ ਸਿੱਖ ਹੀ ਸਿੱਖ ਦਾ ਇਸ ਤਰੀਕੇ ਨਾਲ ਵੈਰੀ ਬਣੇਗਾ ਤਾਂ ਅਗਲਾ ਤਾਂ ਕੋਈ ਨਾ ਕੋਈ ਆਪਸ਼ਨ ਚੁਣੇਗਾ ਨਾ। ਆਹ ਤੁਸੀਂ ਆਹ ਦੇਖੋ ਕੈਮਰੇ ਚਾਰੇ ਬੰਨੇ ਮਾਰ ਕੇ, ਮੈਨੂੰ ਕੁਝ ਭੈਣ ਭਰਾ ਦੱਸ ਰਹੇ ਸੀ ਇੱਥੇ ਕਿ ਪਿਛਲੇ ਸਮੇਂ ਦੌਰਾਨ ਇੱਕ ਇੱਥੇ ਕਿਸੇ ਬਜ਼ੁਰਗ ਦੀ ਡੈਥ ਹੋ ਗਈ ਅਤੇ ਉਸ ਜਦੋਂ ਉਹਦੀ ਲਾਸ਼ ਨੂੰ ਲੈ ਕੇ ਜਾ ਰਹੇ ਸੀ ਅਤੇ ਉਹ ਜਿਹੜੀ ਸੀ ਉਹ ਕਾਂਢੀ ਡਿੱਗ ਪਏ, ਦੋ ਲਾਸ਼ ਥੱਲੇ ਡਿੱਗ ਪਈ ਵੀ ਉਹ ਇੰਨਾ ਚਾਰ ਬੰਦਿਆਂ ਦੇ ਤੁਰਨ ਜੋਗਾ ਪਿਆ ਨਹੀਂ ਹੈਗਾ ਮੇਰੇ ਵੀਰ, ਅਸੀਂ ਪੈਦਲ ਤੁਰ ਕੇ ਆਏ ਹਾਂ, ਸਾਡੇ ਕੋਲ ਵੀ ਰਿਕਾਰਡਿੰਗਾਂ ਨੇ। ਸੋ ਇਸ ਪਹਿਲੀ ਗੱਲ 'ਤੇ ਆ ਕਿ ਨਾ ਇੱਥੇ ਪਾਣੀ ਦਾ ਨਿਕਾਸ, ਨਾ ਲੰਘਣ ਦਾ ਨਿਕਾਸ। ਜੇ ਗਰੀਬ ਵਰਗ ਇੱਥੇ ਆਣ ਕੇ ਰਹਿ ਰਿਹਾ ਵਾ ਅਤੇ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ, ਇੱਥੇ ਹੋਰ ਕੀ ਕਰਨਾ ਦੱਸੋ? ਨਿੱਜੀ ਜਾਇਦਾਦ ਤਾਂ ਕਿਤੇ ਹੈ ਨਹੀਂ, ਲੇਕਿਨ ਇਹਨੂੰ ਕੁਝ ਘੜਾਮ ਚੌਧਰੀ ਨਿੱਜੀ ਜਾਇਦਾਦ ਬਣਾ ਰਹੇ ਆ। ਸੋ ਗਰੀਬਾਂ ਦੇ ਉੱਪਰ ਕਰਨਾ ਜ਼ੁਲਮ ਬੰਦ ਕਰ ਦਿਓ ਮਿੱਤਰੋ, ਨਹੀਂ ਤਾਂ ਹੁਣ ਜਿਹੜਾ ਵਾ ਇਹ ਐਸੀ ਸਮਾਜ ਜਿਹੜਾ ਵਾ ਇਹ ਇਕੱਠਾ ਹੋ ਗਿਆ, ਜਾਗ ਗਿਆ,
ਤੁਹਾਡੇ ਹਰ ਜ਼ੁਲਮ ਦਾ ਜਵਾਬ ਜਿਹੜਾ ਤੁਹਾਨੂੰ ਇਸੇ ਤਰੀਕੇ ਨਾਲ ਦਿੱਤਾ ਜਾਏਗਾ ਜਿਸ ਤਰੀਕੇ ਨਾਲ ਤੁਸੀਂ ਮੰਸ਼ਾ ਲੈ ਕੇ ਆਓਗੇ ਮੇਰੇ। ਹੁਣ ਤੁਹਾਨੂੰ ਲੱਗਦਾ ਤੁਸੀਂ ਨਿਸ਼ਾਨ ਸਾਹਿਬ ਦੁਬਾਰਾ ਉੱਥੇ ਸਜਾਓਗੇ? ਦੇਖੋ ਗੱਲ ਇਸ ਤਰ੍ਹਾਂ ਵਾ ਕਿ ਹਜੇ ਤਾਂ ਫਿਲਹਾਲ ਸਾਡੀਆਂ ਜਥੇਬੰਦੀਆਂ ਕੁਝ ਆਈਆਂ ਨੇ ਕੁਝ ਆ ਰਹੇ ਨੇ। ਸਾਡੇ ਜਥੇਬੰਦੀਆਂ ਦੇ ਸਰਮੋਰ ਆਗੂ ਜਿਹੜੇ ਨੇ ਉਹ ਜਦੋਂ ਬੈਠ ਕੇ ਮੰਥਨ ਕਰਨਗੇ ਇਸ ਚੀਜ਼ ਦਾ, ਜੋ ਸ਼ਾਮ ਨੂੰ ਰਿਜ਼ਲਟ ਹੋਏਗਾ ਤੁਹਾਡੇ ਸਾਰੇ ਦੇ ਸਨਮੁਖ ਰੱਖਿਆ ਜਾਏਗਾ। ਪਰ ਇੱਕ ਗੱਲ ਆ, ਗੁਰਦੁਆਰਾ ਸਾਹਿਬ ਤਾਂ ਇੱਥੇ ਬਣ ਕੇ ਰਹੇਗਾ ਜੀ। ਇਹਦੇ ਵਾਸਤੇ ਸਾਨੂੰ ਚਾਹੇ ਜਿੱਡੀ ਵੱਡੀ ਕੁਰਬਾਨੀ ਕਿਉਂ ਨਾ ਦੇਣੀ ਪਵੇ, ਇਸ ਨਿਸ਼ਾਨ ਸਾਹਿਬ ਨੂੰ ਚਲਾਉਣ ਵਾਸਤੇ ਸਾਡੇ ਪੁਰਖਾਂ ਨੇ, ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਬੱਚੇ ਤੱਕ ਨੀਹਾਂ 'ਚ ਚਿਣਵਾ ਦਿੱਤੇ ਅਤੇ ਅਸੀਂ ਇਹ ਇਸ ਤਰੀਕੇ ਨਾਲ ਹੀ ਕੰਮ ਕਰ ਦੇਵਾਂਗੇ ਨਾ। ਮੁਗਲ ਰੂਪ ਅੱਜ ਅਪਡੇਟ ਹੋ ਗਿਆ, ਇਹਨਾਂ ਦੇ ਵਰਜਨ ਅਪਡੇਟ ਹੋ ਗਿਆ। ਪਹਿਲਾਂ ਅੰਮ੍ਰਿਤਸਰ ਦੇ ਉੱਪਰ ਚੜ੍ਹਾਈ ਕਰਨ ਵਾਸਤੇ ਗੁਰੂ ਘਰਾਂ ਦੇ ਉੱਪਰ ਜਿਹੜਾ ਮੈਂ ਕਹਿੰਦਾ ਵਾ ਘੋੜਿਆਂ ਦੇ ਹੁੰਦੇ ਸੀ, ਅੱਜ ਕੁਝ ਕੁ ਲੋਕ ਜਿਹੜੇ ਟਰੈਕਟਰਾਂ 'ਤੇ ਆ ਰਹੇ, ਫਰਕ ਬਸ ਆ ਵਾ। ਸ਼ਾਮੀ ਵੀਡੀਓ ਦੇ ਥਰੂ ਮੇਰੇ ਧਿਆਨ 'ਚ ਆਇਆ ਆਈ ਗੱਲ, ਔਰ ਨਾਲ ਹੀ ਮੈਂ SHO ਨੂੰ ਕਿਹਾ ਵੀ ਇਹਦੇ ਬਾਰੇ ਪਤਾ ਕਰੋ ਕੀ ਗੱਲ ਹੈ। ਇਹਨਾਂ ਨੇ ਇੱਥੋਂ ਜਿਹੜੇ ਆ ਬੰਦੇ ਸਾਰੇ ਜਿਹੜੇ ਆ ਇਕੱਠੇ ਇਹਨਾਂ ਨੂੰ ਬੁਲਾਇਆ, ਔਰ ਬੁਲਾ ਕੇ ਇਹਨਾਂ ਨੂੰ ਜਦੋਂ ਅਸੀਂ ਪਤਾ ਕੀਤਾ, ਮੈਂ ਇਮੀਡੀਏਟਲੀ ਉਸੇ ਵੇਲੇ ਜਿਹੜੇ ਰੈਲੀਵੈਂਟ ਸੈਕਸ਼ਨ ਹੈਗੇ ਆ 295 ਜਿਹੜੀ IPC ਜਿਹੜੀ ਮਤਲਬ IPC ਸੀ ਬਟ ਹੁਣ ਲਾਅ ਚੇਂਜ ਹੋ ਚੁੱਕਾ, ਉਹਦੀ ਜਗ੍ਹਾ 'ਤੇ BNS ਦੀ ਧਾਰਾ 298 ਹੈ, ਉਹਦੇ ਤਹਿਤ ਅਸੀਂ ਜਿਹੜਾ ਕੇਸ ਰਜਿਸਟਰ ਕੀਤਾ ਹੈ। 137 ਨੰਬਰ FIR ਹੈ, ਦੋਸ਼ੀਆਂ 'ਤੇ ਜਿਹੜੇ ਹੈਗੇ ਆ ਉਹ ਰੇਡ ਕੀਤੇ ਜਾ ਰਹੇ ਨੇ, ਉਹ ਸਾਰੇ ਜਿਹੜੇ 4 ਬੰਦੇ ਬਾਈ ਨੇਮ ਨੇ ਉਹ ਭਗੌੜੇ ਆ, ਉਹ ਅਸੀਂ ਜਲਦੀ ਫੜ ਲੈਣੇ ਆ। ਸੋ ਅਸੀਂ ਜਿਹੜਾ ਵਾ ਇੱਥੇ ਹੁਣ ਜਿਹੜਾ ਸਟੇਜ ਤੋਂ ਮੈਨੂੰ ਬੜਾ ਦੁੱਖ ਨਾਲ ਕਹਿ ਰਿਹਾ ਪੈ ਰਿਹਾ ਵੀ ਮੈਂ ਕੁਛ ਇਹੋ ਜਿਹੇ ਬਿਆਨ ਸੁਣ ਰਿਹਾ ਸੀ ਜਿਹੜੇ ਕਿ ਭੜਕਾਊ ਕਿਸਮ ਦੇ ਬਿਆਨ ਸੀ, ਉਹ ਗਲਤ ਬਿਆਨ ਮਤਲਬ ਮਿਸਫੈਕਟ ਜਿਹੜੇ ਨਾ ਲੀਡ ਕਰ ਰਹੇ ਵੀ FIR ਦਰਜ ਨਹੀਂ ਕੀਤੀ, ਜਦਕਿ ਪ੍ਰਸ਼ਾਸਨ ਮੁਰਦਾਬਾਦ ਦੇ ਨਾਰੇ ਲੱਗੇ ਜਾਣੇ। ਨਹੀਂ ਕੋਈ ਗੱਲ ਨਹੀਂ, ਉਹਦਾ ਪਤਾ ਕੀ ਹੈ ਜੀ, ਦੱਸਿਆ ਨਹੀਂ ਕਿ ਪਰਚੇ ਦਰਜ ਹੋ ਗਏ? ਨਹੀਂ ਅਸੀਂ ਤਾਂ ਆਲਰੇਡੀ ਉਹਨਾਂ ਨੂੰ ਨਹੀਂ ਪਤਾ, ਉਹਨਾਂ ਨਹੀਂ ਅਸੀਂ ਇਹ ਤਾਂ ਇਹਨਾਂ ਨੂੰ ਦੱਸਣਾ ਬਣਦਾ ਨਾ, ਇਹਨਾਂ ਨੂੰ ਦੱਸਣਾ ਬਣਦਾ ਨਾ ਵੀ ਆਲਰੇਡੀ ਕੇਸ, ਔਰ ਇਮੀਡੀਏਟਲੀ ਕੇਸ ਦਾ ਰਜਿਸਟਰ ਹੋਣਾ ਅਲੱਗ ਗੱਲ ਹੈ ਬਟ ਇਮੀਡੀਏਟਲੀ ਪ੍ਰੋਂਪਟ ਜੇ ਵਿਦਿਨ ਨੋ ਟਾਈਮ 5 ਮਿੰਟ ਦੇ ਵਿੱਚ ਜਿਹੜਾ ਵਾ ਉਹ ਪਰਚਾ ਜਿਹੜਾ ਉਸੇ ਵੇਲੇ ਦਰਜ ਕਰ ਦਿੱਤਾ ਗਿਆ ਸੀਗਾ। ਔਰ ਬਾਕੀ ਚਲੋ ਕੁਛ ਇਗਨੋਰੈਂਸ ਲਾ ਲਓ, ਕੁਛ ਦੂਸਰਾ ਵਾ ਵੀ ਇਹਦੇ 'ਚ ਕਹਿ ਰਹੇ ਸੀਗੇ ਕੁਛ ਵੀ ਇਹਦੇ 'ਚ ਜੀ ਕੋਈ ਸੈਕਸ਼ਨਸ ਦਾ ਵਾਧਾ, ਉਹ ਦੇਖੋ ਜਿਹੜਾ ਸਿੱਖ ਧਰਮ ਹੈਗਾ ਵੈ, ਸਿੱਖ ਧਰਮ ਕਿਸੇ ਵੀ ਜਾਤ ਮਰਿਆਦਾ ਨੂੰ ਨਹੀਂ, ਸਾਰੇ ਉਹਨਾਂ ਤੋਂ ਸਾਰਾ ਕੁਛ ਇੱਕ ਕੀਤਾ, ਖੰਡਾ ਪੌਲ ਦੀ ਧਾਰ ਛਕਾ ਕੇ ਸਾਰਿਆਂ ਨੂੰ ਜਿਹੜਾ ਵਾ ਕੋਈ ਨਹੀਂ ਉਹਦੇ ਲਈ, ਸਾਰੇ ਧਰਮ ਬਰਾਬਰ ਆ, ਉਹਦੇ ਵਿੱਚ ਕੋਈ ਸਪੈਸੀਫਿਕ ਐਕਸ਼ਨ ਨਹੀਂ। ਹਾਂਜੀ, ਉਹਦੇ ਸਿਰਫ ਸਿੱਖ ਹੈ, ਜਦੋਂ ਸਿੱਖ ਹੈ 295 ਧਾਰਾ ਜਿਹੜੀ ਰੈਲੀਵੈਂਟ ਉਸੇ ਸੈਕਸ਼ਨ ਲਾਇਆ ਵੈ, ਔਰ ਬਹੁਤ ਹੀ ਅਸੀਂ ਜਿਹੜਾ ਵਾ ਸਖਤੀ ਦੇ ਨਾਲ ਇਹਨਾਂ ਨੂੰ ਜਿਹੜਾ ਵਾ ਜਿਹੜੇ ਬੰਦੇ 'ਚ ਕਲਪ੍ਰੇਟ ਆ ਬਿਲਕੁਲ ਜਲਦੀ ਅਸੀਂ ਇੱਕ ਦੋ ਦਿਨ ਦੇ ਵਿੱਚ ਹੀ ਫੜ ਕੇ ਤਾਂ ਅਸੀਂ ਅੰਦਰ ਦੇਵਾਂਗੇ। ਉਹਦੇ ਘਰ ਰੇਡ ਕੀਤੇ, ਦੋਸ਼ੀਆਂ 'ਤੇ ਕਿਸੇ ਇੱਕ ਦੀ ਵੀ ਕੋਈ ਗ੍ਰਿਫਤਾਰੀ ਹੋਈ? ਸਾਰਿਆਂ 'ਤੇ ਰੇਡ ਕੀਤੇ ਆ ਜੀ, ਜਦੋਂ ਦੋਸ਼ੀਆਂ ਨੂੰ ਪਤਾ ਹੁੰਦਾ ਵੀ ਜਦੋਂ ਗਲਤੀ ਕੀਤੀ ਹੋਏ ਸਾਰੇ ਹੀ ਭੱਜੇ ਨੇ, ਸਾਰੇ 4 ਦੋਸ਼ੀ ਨੇ ਜਿਹੜੇ 4 ਟਰੈਕਟਰ ਦੱਸ ਰਹੇ ਜੀ, ਟਰੈਕਟਰ ਜਿਹੜਾ ਵਾ ਇੱਥੇ ਸਾਨੂੰ ਕਿਤੇ ਵੀ ਜਿਹੜਾ ਹੈਗਾ ਦੱਸਣ, ਮੈਨੂੰ ਦੱਸਣ ਵੀ ਕਿੱਥੇ ਖੜਾ, ਹੁਣੇ ਦੱਸਣ ਹੁਣੇ ਲਿਆਉਂਦੇ ਆ, ਨਾ ਟਰੈਕਟਰ ਸਾਨੂੰ ਹਲਦੀ ਘੜੀ ਮਿਲਿਆ, ਜੇ ਦੋਸ਼ੀ ਕੋਈ ਮਿਲੇਗਾ ਉਹਨਾਂ ਦੇ ਕੋਲ ਅਸੀਂ ਪਤਾ ਕਰਾਂਗੇ ਨਾ। ਜ਼ਮੀਨੀ ਝਗੜਾ ਜੀ ਕਿ ਦੱਸਿਆ ਜਾ ਰਿਹਾ ਕਾਰਪੋਰੇਸ਼ਨ? ਹਾਂ, ਇਹਦੇ ਬਾਰੇ ਮੈਨੂੰ ਬਹੁਤ ਡਿਟੇਲ 'ਚ ਨਹੀਂ ਪਤਾ ਜੀ, ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਦੱਸ ਸਕਦੀ ਹੈ ਵੀ ਇਹਦਾ ਕੀ ਇਸ਼ੂ ਹੈਗਾ ਕੀ ਨਹੀਂ ਹੈ। ਸਿਰਫ ਜਿੰਨਾ ਮੈਨੂੰ ਮੋਟਾ ਮੋਟਾ ਜਿਹੜਾ ਪਤਾ ਉਹ ਇਹ ਪਤਾ ਵੀ ਅੱਜ ਤੋਂ 20 ਦਿਨ ਪਹਿਲਾਂ 20-25 ਦਿਨ ਪਹਿਲਾਂ ਜਿਹੜੀ ਕਾਰਪੋਰੇਸ਼ਨ ਇਸ ਜ਼ਮੀਨ ਦਾ ਕਬਜ਼ਾ ਲੈਣ ਆਏ ਸੀਗੇ, ਉਦੋਂ ਵੀ ਉਹ ਕਹਿੰਦੇ ਸੀ ਵੀ ਅਸੀਂ ਇਹ ਨਿਸ਼ਾਨ ਸਾਹਿਬ ਜਿਹੜਾ ਜੀ ਇਹਨੂੰ ਇਹ ਸਾਡਾ ਜਿਹੜਾ ਅਸੀਂ ਚਾਹੁੰਦੇ ਇਹਨੂੰ ਵੀ ਅਸੀਂ ਇਹਨੂੰ ਰਿਮੂਵ ਕਰੀਏ, ਅਤੇ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਵੀ ਇੱਦਾਂ ਨਹੀਂ ਇਹਨੂੰ, ਕਿਉਂਕਿ ਇਹ ਚਲੋ ਸਹੀ ਲੱਗਾ ਜਾਂ ਗਲਤ ਲੱਗਾ ਜਾਂ ਕਿਹਨਾਂ ਹਾਲਾਤਾਂ 'ਚ ਲੱਗਾ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਉਹ ਕਿਉਂ ਲੱਗਾ, ਲੱਗਣਾ ਚਾਹੀਦਾ ਸੀ ਇੱਥੇ ਨਹੀਂ ਲੱਗਣਾ ਚਾਹੀਦਾ ਸੀ, ਉਹ ਸਾਡਾ ਇਨਵੈਸਟੀਗੇਸ਼ਨ ਦਾ ਹਿੱਸਾ ਹੋਏਗਾ। ਬਟ ਐਜ਼ ਆਫ ਹੁਣ ਤੱਕ ਜਿਹੜਾ ਹੈਗਾ ਉਹ ਤੁਹਾਨੂੰ ਮੈਂ ਸਾਰੀ ਡਿਟੇਲ ਦੱਸ ਚੁੱਕਾਂ, ਔਰ ਇਹਦੇ ਸੰਬੰਧ ਦੇ ਵਿੱਚ ਅਸੀਂ SGPC ਨੂੰ ਵੀ ਜਿਹੜਾ ਲੈਟਰ ਉਹਨਾਂ ਨੇ ਜਿਹੜਾ ਕਾਰਪੋਰੇਸ਼ਨ ਨੇ ਲੈਟਰ ਲਿਖਿਆ ਉਹਦੀ ਕਾਪੀ ਵੀ ਮੈਂ ਤੁਹਾਨੂੰ ਦੇ ਦਿੰਦਾ। ਉਹਨਾਂ ਨੇ ਆਲਰੇਡੀ ਇਹ ਲੈਟਰ ਲਿਖਿਆ ਸੀਗਾ ਵੀ ਇਹਨੂੰ ਜਿਹੜਾ ਨਿਸ਼ਾਨ ਸਾਹਿਬ ਜਿਹੜਾ ਹੈਗਾ ਵਾ ਇਹਨੂੰ ਪ੍ਰੋਪਰ ਜਿਹੜਾ ਵਾ ਗੁਰਮਰਿਆਦਾ ਦੇ ਹਿਸਾਬ ਦੇ ਨਾਲ ਇਹਨੂੰ ਜਿਹੜਾ ਉਹ ਲਾਇਆ ਜਾਵੇ, ਬਟ ਇਹਨਾਂ ਬੰਦਿਆਂ ਨੇ ਗਲਤੀ ਕੀਤੀ ਹੈ ਵੀ ਆਪ ਜਿਹੜਾ ਗਲਤ ਕੰਮ ਕਦਮ ਚੁੱਕਿਆ ਜਿਹਦੇ ਨਾਲ ਕਿ ਸਾਰਿਆਂ ਨੂੰ ਜਿਹੜੀਆਂ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ, ਕਿਉਂਕਿ ਜੇ ਅਸੀਂ ਵੀਡੀਓ ਦੇਖੀਏ ਤਾਂ ਉਹ ਬਹੁਤ ਗਲਤ ਲੱਗਦਾ ਦੇਖਣ 'ਚ। ਹਾਂਜੀ, ਅਤੇ ਹਾਲਾਂਕਿ ਉਹ ਜੋ ਸਾਨੂੰ ਪਤਾ ਲੱਗ ਰਿਹਾ ਕੁਛ ਕਲੇਮ ਕਰ ਰਹੇ ਵੀ ਅਸੀਂ ਪੂਰੀ ਗੁਰਮਰਿਆਦਾ ਨਾਲ ਲਾਇਆ, ਬਟ ਉਹ ਦੇਖ ਕੇ ਵੀਡੀਓ ਨਹੀਂ ਲੱਗ ਰਿਹਾ ਇੱਦਾਂ, ਉਹ ਗਲਤ ਲੱਗ ਰਿਹਾ ਵੀ ਗਲਤ ਕੀਤਾ ਉਹਨਾਂ ਨੇ, ਔਰ ਅਸੀਂ ਸਟ੍ਰਿਕਟ ਐਕਸ਼ਨ ਜਿਹੜਾ ਉਹਦੇ ਅਗੇਂਸਟ ਜਿਹੜਾ ਉਹ ਲਵਾਂਗੇ। ਠੀਕ ਹੈ।